ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸ਼੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਕਰਾਇਆ ਵਿੱਚ 2 ਦਿਨ ਚੱਲਣ ਵਾਲਾ ਵਾਰਸ਼ਿਕ ਸਮਾਰੋਹ ਬੜੇ ਹਰਸ਼ੋ ਉਲਾਸ ਦੇ ਨਾਲ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਅਨੂਠਾ ਜਲਵਾ ਬਖੇਰ ਕੇ ਸ਼ਿਪਸ ਐਂਡ ਇਟਸ ਮਾਇਲਟ ਕਲਰਸ ਦੇ ਸ਼ੀਰਸ਼ਕ ਨੂੰ ਯਥਾਰਥ ਕੀਤਾ। ਇਸ ਸਾਲਾਨਾ ਸਮਾਗਮ ਦੇ ਦੂਸਰੇ ਦਿਨ ਦਾ ਸ਼ੁਭਾਰੰਭ IG ਜਲੰਧਰ ਰੇਂਜ ਨੈਨੀਹਾਲ ਸਿੰਘ ਦੁਆਰਾ ਕੀਤਾ ਗਿਆ। ਇਹਦੇ ਨਾਲ ਹੀ ਡਾਕਟਰ ਰਾਜੀਵ ਕੁਮਾਰ ਗੁਪਤਾ ਨੇ ਗੈਸਟ ਆਫ ਆਨਰ ਦੇ ਤੌਰ 'ਤੇ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਕੂਲ ਪਰਿਸਰ ਵਿੱਚ ਪਹੁੰਚਣ 'ਤੇ ਚੇਅਰਮੈਨ ਗਿਰੀਸ਼ ਗੁਪਤਾ, ਡਾਇਰੈਕਟਰ ਨਰੇਸ਼ ਗੁਪਤਾ, ਪ੍ਰਿੰਸੀਪਲ ਆਰਤੀ ਸੋਪਤੀ, ਸਚਿਵ ਸੁਰਿੰਦਰ ਗੁਲਾਟੀ, ਡਾਇਰੈਕਟਰ ਸ਼ਿਮਰ ਸ਼ੈਲੀ ਰੇਖਾ ਅਤੇ ਹੋਰ ਮਹਿਮਾਨਾਂ ਦੁਆਰਾ ਸਵਾਗਤ ਕੀਤਾ ਗਿਆ। ਸਕੂਲ ਦੇ ਵਾਰਸ਼ਿਕ ਸਮਾਗਮ ਦੀ ਸ਼ੁਰੂਆਤ ਧਾਰਮਿਕ ਪ੍ਰਸਤੁਤੀ ਤੋਂ ਬਾਅਦ ਕੀਤੀ ਗਈ, ਜਿਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਦੁਆਰਾ ਵੱਖ ਵੱਖ ਤਰ੍ਹਾਂ ਦੀਆਂ ਪ੍ਰਸਤੁਤੀਆਂ ਪੇਸ਼ ਕਰ ਆਪਣੀ ਕਲਾ ਦਾ ਜਲਵਾ ਬਖੇਰਿਆ ਗਿਆ। ਇਸ ਦੌਰਾਨ ਕੁਝ ਪ੍ਰਸਤੁਤੀਆਂ ਦੁਆਰਾ ਵਿਦਿਆਰਥੀਆਂ ਨੇ ਕਈ ਏਦਾਂ ਦੇ ਸੰਦੇਸ਼ ਦਿੱਤੇ ਜਿਹੜੇ ਸਾਡੇ ਜੀਵਨ ਵਿੱਚ ਬੇਹੱਦ ਹੀ ਜ਼ਰੂਰੀ ਹੈ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਆਰਤੀ ਸੋਪਤੀ ਨੇ ਸਕੂਲ ਦੀ ਸਾਲਾਨਾ ਰਿਪੋਰਟ ਦੀ ਜਾਣਕਾਰੀ ਦਿੰਦੇ ਹੋਏ ਆਏ ਹੋਏ ਮਹਿਮਾਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਤਰਾਂ ਵਿੱਚ ਸਫਲਤਾ ਹਾਸਲ ਕੀਤੀ। ਸਟਾਫ ਔਰ ਮੈਨੇਜਮੈਂਟ ਦਾ ਬਹੁਤ ਬਹੁਤ ਥੈਂਕਸ ਕਰਦਾ ਹਾਂ। ਉਹਨਾਂ ਨੇ ਇੱਕ ਐਸੀ ਓਪਰਚੁਨਿਟੀ ਦਿੱਤੀ ਜਿਹਦੇ 'ਚ ਸਾਨੂੰ ਇੱਕ ਅੱਛਾ ਪੰਜਾਬ ਦਾ ਇੱਕ ਅੱਛਾ ਟੈਲੈਂਟ ਦੇਖਣ ਨੂੰ ਮਿਲਿਆ, ਔਰ ਮੈਨੂੰ ਉਮੀਦ ਹੈ ਕਿ ਟੀਚਰਸ ਦੇ ਸਹਿਯੋਗ ਦੇ ਨਾਲ ਇਹ ਟੈਲੈਂਟ ਹੋਰ ਉਭਰੇਗਾ ਔਰ ਦੇਸ਼ ਦੀ ਸੇਵਾ ਲਈ ਅੱਗੇ ਆਏਗਾ। ਔਰ ਮੈਂ ਸਕੂਲ ਮੈਨੇਜਮੈਂਟ ਨੂੰ ਔਰ ਸਟਾਫ ਨੂੰ ਬੜੀ ਫਿਰ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਇੰਟਰਨੈਸ਼ਨਲ ਸਕੂਲ ਕਾ ਜੋ ਅੱਜ 10th ਐਨੁਅਲ ਡੇ ਸੈਲੀਬ੍ਰੇਸ਼ਨ ਹੈ, ਉਸਕੇ ਲਈ ਸਕੂਲ ਮੈਨੇਜਮੈਂਟ, ਟੀਚਰਸ, ਸਟੂਡੈਂਟਸ ਔਰ ਪੇਰੈਂਟਸ ਕੋ ਮੇਰੀ ਤਰਫ ਸੇ ਬਹੁਤ ਬਹੁਤ ਵਧਾਈਆਂ। ਔਰ ਅੱਜ ਐਨੁਅਲ ਡੇ ਸੈਲੀਬ੍ਰੇਸ਼ਨ ਮੈਂ ਬੱਚੋ ਨੇ ਆਪਣਾ ਆਪਣਾ ਟੈਲੈਂਟ ਦਿਖਾਇਆ, ਸਾਰੇ ਬੱਚੇ ਦਾ ਜੋ ਸਿੰਗਿੰਗ, ਡਾਂਸਿੰਗ ਔਰ ਕਰਾ ਜੋ ਸੈਲਫ ਡਿਫੈਂਸ ਕਾ ਜੋ ਟੈਕਨੀਕਸ ਉਹਨਾਂ ਨੇ ਸਿੱਖਾ, ਸਾਰਾ ਪਰਫਾਰਮੈਂਸ ਸਟੂਡੈਂਟਸ ਨੇ ਬਹੁਤ ਬੜੀਆ ਸਟੇਜ 'ਤੇ ਪਰਫਾਰਮ ਕੀਆ, ਸਾਰਿਆਂ ਕੋ ਮੇਰੀ ਤਰਫ ਸੇ ਔਰ ਇੱਕ ਵਾਰ ਬਹੁਤ ਬਹੁਤ ਵਧਾਈਆਂ। ਥੈਂਕ ਯੂ। ਮੇਰੇ ਕੋਲ ਅੱਜ ਇੱਕ ਬਹੁਤ ਹੀ ਬੜੀਆ ਫੰਕਸ਼ਨ ਜੋ ਹੈ ਉਹਦਾ ਫੰਕਸ਼ਨ ਉਸਮੇ ਜੁਆਇਨ ਕਰਨੇ ਕਾ ਇੱਕ ਓਪਰਚੁਨਿਟੀ ਪ੍ਰਾਪਤ ਹੋਈ। ਦਿਸ ਇਜ਼ ਅ ਵੰਡਰਫੁਲ ਓਕੇਜਨ। ਸਕੂਲ ਨੇ ਬਹੁਤ ਜ਼ਿਆਦਾ ਹਾਰਡਵਰਕ ਕੀਆ ਥਾ ਔਰ ਇੱਕ ਟ੍ਰਮੈਂਡਸਲੀ ਬ੍ਰਿਲੀਅੰਟ ਫੰਕਸ਼ਨ ਜੋ ਹੈ ਉਹ ਦੇਖਣੇ ਕੋ ਮਿਲਾ। ਬੱਚੋਂ ਕੀ ਬਹੁਤ ਟੈਲੈਂਟ ਦੇਖਾ, ਬਹੁਤ ਪ੍ਰਤਿਭਾ ਦੇਖੀ ਔਰ ਬੱਚੋਂ ਕਾ ਕੋਨਫੀਡੈਂਸ ਦੇਖਾ। ਇਸ ਟ੍ਰਮੈਂਡਸ ਕ੍ਰੈਡਿਟ ਵਿਚ ਇਜ਼ ਡੂ ਗੋ ਟੂ ਦ ਪ੍ਰਿੰਸੀਪਲ ਐਂਡ ਅ ਸਟਾਫ। ਮੈਂ ਮੈਨੇਜਮੈਂਟ ਕੋ ਆਪਣੀ ਬੈਸਟ ਵਿਸ਼ਿਜ਼ ਦੇਤਾ ਹੂੰ, ਸਭ ਪੇਰੈਂਟਸ ਕੋ ਬੈਸਟ ਵਿਸ਼ਿਜ਼ ਦੇਤਾ ਹੂੰ ਔਰ ਉਮੀਦ ਕਰਤਾ ਹੂੰ ਕਿ ਬੱਚੇ ਇਸੀ ਤਰ੍ਹਾਂ ਸੇ ਮਿਹਨਤ ਕਰਤੇ ਰਹੇਂਗੇ ਔਰ ਜ਼ਿੰਦਗੀ ਮੇਂ ਆਗੇ ਬੜ੍ਹਤੇ ਰਹੇਂਗੇ।
ਹਾਂ ਬੋਲੋ। ਸਤਿ ਸ਼੍ਰੀ ਅਕਾਲ, ਮੈਂ ਨਿਵੇਦਿਤਾ ਸ਼ਰਮਾ 12ਵੀਂ ਜਮਾਤ ਵਿੱਚ ਸ਼੍ਰੀ ਹਨੂਮਾਨ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਪੜ੍ਹਦੀ ਹਾਂ। ਅੱਜ ਸਾਡੇ ਸਕੂਲ ਵਿੱਚ ਐਨੂਅਲ ਡੇ ਫੰਕਸ਼ਨ ਸੀਗਾ ਅਤੇ ਅਸੀਂ ਇਹਦੇ ਵਿੱਚ ਕਈ ਪ੍ਰਕਾਰ ਦੀਆਂ ਆਈਟਮਸ ਪੇਸ਼ ਕੀਤੀਆਂ, ਜਿਵੇਂ ਕਿ ਡਾਂਸ, ਜਿਵੇਂ ਕਿ ਭੈਣ ਨਾਨਕੀ ਬਾਰੇ ਅਤੇ ਹੋਰ ਵੀ ਕਈ ਮਿਊਜ਼ਿਕ ਪਰਫੋਰਮੈਂਸਿਸ ਦਿੱਤੀਆਂ। ਅੱਜ ਦਾ ਸ਼ੋਅ ਬਹੁਤ ਹੀ ਵਧੀਆ ਸੀ ਅਤੇ ਸਾਡੇ ਚੀਫ ਗੈਸਟ ਵੀ ਬਹੁਤ ਵਧੀਆ ਸੀ। ਧੰਨਵਾਦ। ਮੈਨੂੰ ਪੂਰੇ 8 ਪ੍ਰਾਈਜ਼ ਮਿਲੇ, ਕੱਲ੍ਹ 2 ਹੋਰ ਮਿਲਣੇ ਆ। We have celebrated our annual day function, ships and its myriad colors. Annual function mein, as a chief guest, we had Sardar Lonil Hal Singh ji, IPS, Inspector General of Police Jalandhar. Unhone shirkat ki, aur as a guest of honor, Dr. Rajiv Gupta, Senior Cardiac Surgeon, near a heart, a unit of AMC Ludhiana, who as a guest of honor aaye. ਅੱਜ ਬਹੁਤ ਹੀ ਇੱਕ ਲੱਕੀ ਡੇ ਥਾ ਮੇਰੇ ਲਈ ਕਿ ਉਨਕੀ ਪ੍ਰੈਜੈਂਸ ਮੇ ਬੱਚੋਂ ਨੇ ਜੋ ਪਰਫੋਰਮੈਂਸਿਸ ਸਟੇਜ ਪੇ ਆਪਣਾ ਟੈਲੈਂਟ ਸ਼ੋਕੇਸ ਕੀਆ, ਦੇ ਵਰ ਰੀਅਲੀ ਅਮੇਜ ਟੂ ਸੀ ਦੈਟ। ਔਰ ਉਹਨਾਂ ਨੇ ਆਪਣੀ ਸਪੀਚ ਮੇ ਜੋ ਮੈਸੇਜ ਆਡੀਅੰਸ ਕੇ ਲੀਏ ਦੀਏ, ਐਂਡ ਆਈ ਅਸ਼ੋਰ ਦੈਮ ਕਿ ਵੀਲ ਬੀ ਕੀਪਿੰਗ ਦੇਅਰ ਮੈਸੇਜਿਸ ਆਨ ਆਰ ਮਾਈਂਡ ਐਂਡ ਵੀਲ ਬੀ ਰੀਅਲੀ ਵਰਕਿੰਗ ਔਨ ਇਟ। And I also thank my school management, my staff team, and my choreographer, my technical team, my media team, and everyone whosoever is behind it. Thanks a ton for making this event a great success. Aur main umeed karti hu ki aane wale time mein bhi aap hame isi tarike se blessings dete rahenge. Thank you so much, everyone.